ਸੱਚੀ ਕੈਨੇਡਾ ਦੇ ਇੱਕ ਹੋਰ ਸੂਬੇ ਤੋਂ ਇਮੀਗ੍ਰੇਸ਼ਨ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਇਹ ਅਪਡੇਟ ਨੂੰ ਅਸੀਂ ਪ੍ਰਵਾਸੀਆਂ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਵੀ ਕਹਿ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਪ੍ਰਵਾਸੀਆਂ ਨੂੰ ਇੱਕ ਵੱਡਾ ਤੋਹਫਾ ਸਾਲ 2021 ਦੇ ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਹੀ ਦਿੱਤਾ ਗਿਆ ਮਤਲਬ ਇਹ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਸਾਲ 2021 ਦੇ ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਹੀ ਇੱਕ ਵੱਡਾ ਐਕਸਪ੍ਰੈਸ ਐਂਟਰੀ ਰਾਹ ਕੱਢਿਆ ਗਿਆ ਸੀ ਜਿਸ ਦੇ ਵਿੱਚ 5000 ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਸੱਦੇ ਅਤੇ ਇਸ ਡਰਾ ਤੋਂ ਬਾਅਦ ਕੈਨੇਡਾ ਦੇ ਕਈ ਹੋਰ ਸੂਬਿਆਂ ਦੇ ਵੱਲੋਂ ਵੀ ਪੀਐਨਪੀ ਡਰਾ ਕੱਢੇ ਗਏ ਹਨ ਜਿਨ੍ਹਾਂ ਦੇ ਬਾਰੇ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਅਤੇ ਹੁਣ ਜੋ ਨਵੇਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਅਤੇ ਉਹ ਆਈ ਹੈ ਕੈਨੇਡਾ ਦੇ ਸੂਬੇ ਅਨਟਾਰੀਓ ਤੋਂ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਵੱਲੋਂ ਨਵਾਂ ਪੀਐਨਪੀ ਟੈਕ ਡਰਾ ਕੱਢਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਕਿ ਉਹ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਦੇ ਲਈ ਅਪਲਾਈ ਕਰਨ 13 ਅਪ੍ਰੈਲ ਨੂੰ ਅਨਟਾਰੀਓ ਦੇ ਵੱਲੋਂ ਕੱਢੇ ਗਏ ਇਸ ਨਵੇਂ ਪੀਐਨਪੀ ਡਰਾ ਦੇ ਵਿੱਚ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਇਹਨਾਂ ਇਨਵੀਟੇਸ਼ਨ ਦੀ ਗਿਣਤੀ ਹੈ 528 ਮਤਲਬ ਇਹ ਕਿ ਨਵੇਂ ਪੀਐਨਪੀ ਟੈਕ ਪੈਲੇਟ ਡਰਾ ਦੇ ਵਿੱਚ ਕੁੱਲ 528 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਅਤੇ ਇਸ ਡਰਾ ਦੇ ਵਿੱਚ ਸੀਆਰਐਸ ਸਕੋਰ 456 ਤੇ 460 ਦੇ ਵਿਚਕਾਰ ਰਿਹਾ ਅਤੇ ਨਾਲ ਹੀ ਉਮੀਦਵਾਰਾਂ ਦੇ ਕੋਲ ਇਹਨਾਂ ਓਕੂਪੇਸ਼ਨਸ ਦੇ ਵਿੱਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਤੇ ਤੁਹਾਨੂੰ ਇਹ ਵੀ ਦੱਸ ਦੇ ਕਿ Ontario Immigrant Nominee Program ਯਾਨੀ ਕਿ OINP ਵੈਬਪੇਜ ਕਹਿੰਦਾ ਹੈ ਕਿ ਉਮੀਦਵਾਰ ਜੋ ਇਹਨਾਂ ਖੇਤਿਆਂ ਵਿੱਚੋਂ ਕਿਸੇ ਵਿੱਚ ਕੰਮ ਦਾ ਤਜਰਬਾ ਨਹੀਂ ਦਿਖਾ ਸਕਦੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਜਾਵੇਗਾ ਨਾਲ ਹੀ ਵਿਦੇਸ਼ੀ ਸਿੱਖਿਆ ਵਾਲੇ ਸੱਦੇਗੇ ਉਮੀਦਵਾਰਾਂ ਐਜੂਕੇਸ਼ਨਲ ਟ੍ਰੈਡੀਸ਼ਨਲ ਅਸੈਸਮੈਂਟ ਸਬਮਿਟ ਕਰਨਾ ਪੈ ਸਕਦਾ ਹੈ ਤਾਂ ਜੋ ਪ੍ਰੋਵਿੰਸ ਇਸ ਗੱਲ ਦੀ ਤਸਦੀਕ ਕਰ ਸਕੇ ਕਿ ਉਹਨਾਂ ਦੀ ਸਿੱਖਿਆ ਇੱਕ ਕੈਂਡੀਡੇਟ ਬੈਚਲਰ ਜਾਂ ਇਸ ਤੋਂ ਉੱਚੀ ਡਿਗਰੀ ਦੇ ਬਰਾਬਰ ਹੈ ਬਿਊਰੋ ਰਿਪੋਰਟ ਖਬਰ ਪੰਜਾਬੀ